ਪੰਜਾਬ ਸਰਕਾਰ ਵੱਲੋਂ ਨਸ਼ਿਆਂ ਖਿਲਾਫ ਵਿੱਢੀ ਮੁਹਿੰਮ ਤਹਿਤ ਬਠਿੰਡਾ ਪੁਲਿਸ ਦੇ CIA ਵਿਭਾਗ ਨੇ ਨਾਈਜੀਰੀਆ ਦੇ ਰਹਿਣ ਵਾਲੇ ਅੰਮਾ ਫੂਨਾ ਬਸੀਲ ਉਰਫ ਬਾਵਾ ਨਾਮੀ ਨਸ਼ਾ ਤਸਕਰ ਨੂੰ ਦਿੱਲੀ ਦੇ ਕ੍ਰਿਸ਼ਨਪੁਰੀ ਇਲਾਕੇ ਤੋਂ ਗ੍ਰਿਫਤਾਰ ਕੀਤਾ ਹੈ। ਇਸ ਨਸ਼ਾ ਤਸਕਰ ਕੋਲੋਂ ਮੌਕੇ ਤੇ 200 ਗ੍ਰਾਮ ਹੈਰੋਇਨ ਵੀ ਬਰਾਮਦ ਕੀਤੀ ਗਈ, ਜਿਸ ਦੀ ਕੀਮਤ ਅੰਤਰਰਾਜੀ ਬਾਜ਼ਾਰ ਵਿੱਚ ਕਰੀਬ 1 ਕਰੋੜ ਰੁਪਏ ਬਣਦੀ ਹੈ। ਬਠਿੰਡਾ ਵਾਸੀ ਇਸ ਦੇ ਕੁਝ ਸਾਥੀਆਂ ਨੂੰ ਵੀ ਕੁਝ ਦਿਨ ਪਹਿਲਾਂ ਬਠਿੰਡਾ ਪੁਲਿਸ ਨੇ 500 ਗ੍ਰਾਮ ਹੈਰੋਇਨ ਸਮੇਤ ਗ੍ਰਿਫਤਾਰ ਕੀਤਾ ਸੀ। ਸਾਡੇ ਇੰਸਪੈਕਟਰ CIA ਸ਼੍ਰੀ ਚੰਦਰ ਕੁਮਾਰ ਜੀ ਨੇ ਇੱਕ ਇਨਫੋਰਮੇਸ਼ਨ ਤੇ ਨਾਕਾ ਲਾਇਆ ਸੀਗਾ। ਉਹਦੇ ਦੌਰਾਨ ਕੁਲਵਿੰਦਰ ਸਿੰਘ ਤੇ ਅਮਰੀਕ ਸਿੰਘ ਬੰਦੇ ਫੜੇ ਗਏ ਸੀਗੇ। ਉਹਨਾਂ ਦੀ ਜੋ ਪੁੱਛਗਿੱਛ ਕੀਤੀ, ਉਹਨਾਂ ਕੋਈ ਹੈਰੋਇਨ ਬਰਾਮਦ ਹੋਈ ਸੀਗੀ। ਉਸ ਤੋਂ ਬਾਅਦ ਉਹਨਾਂ ਦੀ ਪੁੱਛਗਿੱਛ ਵਿੱਚ ਇਹ ਆਇਆ ਵੀ ਇਹ ਬੰਦੇ ਜਿਹੜੇ ਆ ਕੋਰੀਅਰ ਆ, ਇਹਨਾਂ ਨੂੰ ਤਿੰਨ ਬੰਦੇ ਹੋਰ ਸੀਗੇ, ਸੁਰਿੰਦਰ ਕੁਮਾਰ, ਜਤਿੰਦਰ ਕੁਮਾਰ, ਸਤਿੰਦਰ ਸ਼ਰਮਾ। ਇਹ ਇਹਨਾਂ ਨੂੰ ਪੈਸੇ ਦੇ ਕੇ ਦਿੱਲੀ ਤੋਂ ਮੰਗਵਾਉਂਦੇ ਸੀਗੇ ਹੀਰੋਇਨ। ਉਹ ਫਿਰ ਉਸ ਤੋਂ ਬਾਅਦ ਜਦੋਂ ਇਹਨਾਂ ਪੁੱਛਗਿੱਛ ਕੀਤੀ ਤਾਂ ਦਿੱਲੀ ਜਿਹੜੇ ਬੰਦੇ ਕੋਲ ਲੈ ਕੇ ਆਉਂਦੇ ਸੀ, ਉਹ ਨਾਂ ਦਾ ਕਾਫੀ ਲੰਮਾ ਵਾ, ਬਾਵਾ ਉਰਫ ਬਾਵਾ ਕਰਕੇ ਨਾਈਜੀਰੀਅਨ ਆ, ਉਹ ਉਹਨਾਂ ਕੋਲ ਲੈ ਕੇ ਆਉਂਦੇ ਸੀ। ਉਹੜਾ ਉਹ ਬਾਵਾ ਵਾ, ਉਹਦਾ ਅੱਗੇ ਇੱਕ ਅਫਾਮ ਨਾਂ ਦਾ ਨਾਈਜੀਰੀਅਨ ਆ, ਉਹਦਾ ਅਗਾਂਹ ਉਹ ਕੋਰੀਅਰ ਆ। ਉਹਨੂੰ ਉਹ ਤਕਰੀਬਨ 50,000 ਰੁਪਇਆ ਕਿਲੋ ਦਾ ਦਿੰਦਾ ਸੀਗਾ ਅੱਗੇ ਪਹੁੰਚਾਉਣ ਦਾ। ਅਤੇ ਉਹ ਜਿਹੜਾ ਬਾਵਾ ਉਹ ਅਰੈਸਟ ਕਰ ਲਿਆ ਵਾ, ਹੁਣ 2 ਦਿਨ ਦੇ ਰਿਮਾਂਡ 'ਤੇ ਆ। ਜਿਹੜੇ ਬਠਿੰਡੇ ਵਾਲੇ ਬੰਦੇ ਆ, ਜਤਿੰਦਰ ਕੁਮਾਰ, ਜਤਿੰਦਰ ਸ਼ਰਮਾ, ਇਹਨਾਂ ਨੂੰ ਗ੍ਰਿਫਤਾਰ ਕਰਨ ਵਾਸਤੇ ਪੁਲਿਸ ਪਾਰਟੀਆਂ ਲੱਗੀਆਂ ਹੋਈਆਂ, ਪਰ ਅਫਾਮ ਦੇ ਪਿੱਛੇ ਵੀ ਸਾਡੀ ਜਿਹੜੀ ਆ ਪੁਲਿਸ ਪਾਰਟੀ ਲੱਗੀ ਹੋਈ ਆ ਗ੍ਰਿਫਤਾਰ। ਇਹਨਾਂ ਕੋਲੋਂ ਟੋਟਲ 200 ਗ੍ਰਾਮ ਫਿਰ ਉਹਨੇ ਮਿਲੀ ਆ, ਇਹਦੀ ਅੰਤਰਰਾਸ਼ਟਰੀ ਕੀਮਤ 1 ਕਰੋੜ ਦੇ ਲਾਗੇ ਛੱਗੇ ਆ। ਇਸ ਤੋਂ ਇਲਾਵਾ ਇੱਕ ਕੰਪਿਊਟਰ ਕੰਡਾ ਵਾ, ਇੱਕ ਮੋਬਾਈਲ ਆ, 10,000 ਰੁਪਇਆ ਜਿਹੜੇ ਇਹਨਾਂ ਨੇ ਪੈਸੇ ਵੇਚ ਕੇ ਕਮਾਏ ਸੀਗੇ, ਔਰ ਇੱਕ ਮਹਿੰਦਰਾ ਐਕਟਿਵਾ ਸਕੂਟਰੀ ਇਹਨਾਂ ਕੋਲ ਬਰਾਮਦ।